ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦਾਸ ਦਵਿੰਦਰ ਸਿੰਘ ਫੌਜੀ, ਜੋ ਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਸੇਵਾ ਪਸ਼ੀਆਪੁਰ ਵਾਲੇ ਪਿੰਡ ਦੇ ਵਿੱਚ ਨਿਭਾ ਰਿਹਾ ਹੈ। ਮੈਂ ਅੱਜ 30/6/2024 ਨੂੰ ਇਹ ਜਿਹੜੀ ਵੀਡੀਓ ਆ ਇਹ ਬਣਾ ਕੇ ਪ੍ਰਸ਼ਾਸਨ ਲਈ ਅਤੇ ਸੰਗਤ ਲਈ ਪਾ ਰਿਹਾ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਉੱਥੇ ਸੇਵਾ ਜਿਹੜੀ ਆ ਦਾਸ ਹੀ ਕਰਵਾ ਰਿਹਾ ਸੀ, ਅਤੇ ਉੱਥੇ ਕੁਛ ਅਨਸਰ ਜੋ ਕਿ ਹਜ਼ਾਰਾ ਸਿੰਘ ਪਰਿਵਾਰ ਦੇ ਜਤਿੰਦਰ ਸਿੰਘ, ਸਤਿੰਦਰ ਸਿੰਘ ਅਤੇ ਇਹਦੇ ਨਾਲ ਹੀ ਇੱਕ ਹਰਪ੍ਰੀਤ ਕੌਰ ਜੋ ਕਿ ਲੇਡੀਜ਼ ਆ, ਉਹ ਇਹ ਸਾਰੇ ਮੇਰੇ ਉੱਤੇ ਦਬਾਅ ਬਣਾ ਕੇ ਅਤੇ ਮੈਨੂੰ ਇਹ ਪਰੇਸ਼ਾਨ ਕਰਦੇ ਆ ਉੱਥੇ, ਤੇਰੇ ਵੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਪਹਿਲੋਂ ਵੀਰ ਜੀ ਅਨੂਪ ਸਿੰਘ ਦੇ ਖਿਲਾਫ ਮੇਰੇ ਕੋਲੋਂ ਦਬਾਅ ਦੇ ਵਿੱਚ ਇਹਨਾਂ ਨੇ ਵੀਡੀਓ ਪਵਾਈ, ਉਹ ਵੀਡੀਓ ਜਿਹੜੀ ਆ ਉਹ ਮੈਂ ਕੋਈ ਆਪਣੀ ਮਰਜ਼ੀ ਨਾਲ ਨਹੀਂ ਪਾਈ, ਮੇਰੇ ਕੋਲ ਦਬਾਅ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਕੰਮ ਕਰਵਾਇਆ। ਮੈਂ ਉਹਦੇ ਵਾਸਤੇ ਵੀ ਜਿਹੜਾ ਕਹਿੰਦਾ ਵੀ ਇਹ ਜਿੰਨਾ ਵੀ ਇਹ ਜਿਹੜੀ ਜੁੰਡਲੀ ਆ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਅਤੇ ਮੈਂ ਸੁਚਾਰੂ ਢੰਗ ਦੇ ਨਾਲ ਗੁਰੂ ਘਰ ਦੀ ਸੇਵਾ ਕਰ ਸਕਾਂ। ਮੈਂ ਵਾਰ ਵਾਰ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦਾ ਵੀ ਹੁਣ ਇਹ ਸੇਵਾ ਕਰਨ ਤੋਂ ਮੇਰੇ ਜਿਹੜੇ ਗੋਲਕ ਦੀਆਂ ਚਾਬੀਆਂ ਉਹ ਵੀ ਜ਼ਬਰਦਸਤੀ ਮਤਲਬ ਖੋਂਦੇ ਆ, ਜਦਕਿ ਮਤਲਬ ਉਹਦੇ ਵਿੱਚ ਇਹਨਾਂ ਦਾ ਕੋਈ ਹੱਕ ਨਹੀਂ। DM ਸਾਹਿਬ ਨੇ ਵੀ, ਪ੍ਰਸ਼ਾਸਨ ਨੇ ਸਾਰਿਆਂ ਨੇ ਉਹਨਾਂ ਮਨਾ ਕੀਤਾ ਵੀ ਤੁਸੀਂ ਉੱਥੇ ਮਤਲਬ ਜਿਹੜਾ ਵੀ ਬਿਲਕੁਲ ਦਖਲਅੰਦਾਜ਼ੀ ਨਹੀਂ ਕਰਨੀ, ਪਰ ਇਹ ਦਖਲਅੰਦਾਜ਼ੀ ਧੱਕੇ ਨਾਲ ਕਰਦੇ ਜਤਿੰਦਰ ਸਤਿੰਦਰ ਸਾਰੇ ਜਣੇ। ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਉੱਥੋਂ ਛੇਤੀ ਛੇਤੀ ਹਟਾਇਆ ਜਾਵੇ ਕਿ ਜੋ ਮੇਰੀ ਸੇਵਾ ਚੱਲ ਰਹੀ ਆ ਉਹਦੇ ਵਿੱਚ ਵਿਘਨ ਨਾ ਪਾਇਆ ਜਾਵੇ।